ਅਸਲ 15 ਅਗਸਤ ਦੇ ਅਭਿਆਨ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਔਰ ਕੀ ਚੈੱਕ ਹੋ ਰਿਹਾ ਔਰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ? ਮਾਨਯੋਗ ਭਾਈ ਸਾਹਿਬ ਆਏ ਸੀ ਮੀਨਾ ਸਾਹਿਬ ਡੀਆਈ ਸਾਹਿਬ ਫਰੀਦਕੋਟ ਰੇ ਸ਼੍ਰੀ ਅਜੀਮ ਰੁਜਾ ਜੀ ਐਸਐਸਪੀ ਸਾਹਿਬ ਫਰੀਦਕੋਟ ਸਰਾ ਹਰਜੀਤ ਸਿੰਘ ਜਿਹੜੇ ਸਾਰੇ ਅਫਸਰ ਆਏ ਸੀ ਤੇ ਜੋ ਸੀਐਮ ਸਾਹਿਬ ਪੰਜਾਬ ਔਰ ਡੀਜੀਪੀ ਸਾਹਿਬ ਪੰਜਾਬ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਤਾਂ ਕਿ ਕੋਈ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਵਾਪਰੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਅਸੀਂ ਆਜ਼ਾਦੀ ਦਿਹਾੜੇ ਨੂੰ ਮਨਾ ਸਕੀਏ ਤਾਂ ਇਸ ਦੇ ਤਹਿਤ ਜਿਹੜਾ ਹੈਗਾ ਉਹ ਆਪਣੇ ਸੁਰੱਖਿਆ ਪ੍ਰਬੰਧ ਚੈੱਕ ਕਰਨਾ ਸੀ ਤਾਂ ਜਿਨ੍ਹਾਂ ਨੇ ਮਤਲਬ ਕਿ ਕਾਫੀ ਜਗ੍ਹਾਵਾਂ ਰੇਲਵੇ ਸਟੇਸ਼ਨ ਹੋਰ ਕਾਫੀ ਜਗ੍ਹਾਵਾਂ ਚੈੱਕ ਕੀਤੀਆਂ ਉਹ ਜਿਹੜੀਆਂ ਚੀਜ਼ਾਂ ਖਾਮੀਆਂ ਉਹਨਾਂ ਨੂੰ ਲੱਗੀਆਂ ਉਹਦੀਆਂ ਫਿਰ ਹਦਾਇਤਾਂ ਦਿੱਤੀਆਂ ਜਿਹਦੇ ਤਹਿਤ ਉਹਨਾਂ ਨੇ ਇਹ ਗੱਲ ਕਹੀ ਆ ਮਤਲਬ ਸਰਾਵਾਂ ਉਹ ਹੋਟਲ ਜਿੱਥੇ ਸ਼ੱਕੀ ਕਿਰਦਾਰ ਦੇ ਬੰਦੇ ਆ ਕੇ ਠਹਿਰਦੇ ਆ ਉਹ ਜਗ੍ਹਾਵਾਂ ਜੋ ਮੁਜਰਮਾਂ ਨੂੰ ਫਰਾਰੀ ਕਟਾਉਂਦੇ ਆ ਭਗੌੜੇ ਮੁਜਰਮਾਂ ਨੂੰ ਫਰਾਰੀ ਕਟਾਉਂਦੇ ਆ ਔਰ ਇਸ ਤੋਂ ਇਲਾਵਾ ਹੋਰ ਵੀ ਇਹ ਸਮਾਜਿਕ ਤੱਤ ਜਿਨ੍ਹਾਂ ਨੂੰ ਤੁਸੀਂ ਚਾਹੇ ਕੋਈ ਡਰੱਗ ਨਾਲ ਰਿਲੇਟਡ ਹੋਵੇ ਵੈਪਨ ਨਾਲ ਰਿਲੇਟਡ ਹੋਵੇ ਕੋਈ ਗੈਂਗਸਟਰ ਐਕਟੀਵਿਟੀ ਹੋਵੇ ਉਹਦੇ 'ਤੇ ਸਪੈਸ਼ਲ ਜਿਹੜੀ ਆ ਉਹਨਾਂ ਨੇ ਟੀਮਾਂ ਦਾ ਗਠਨ ਕਰਕੇ ਲਾਇਆ ਗਿਆ ਜੋ ਵੱਖ ਵੱਖ ਵਿਭਾਗਾਂ ਨੂੰ ਡਿਊਟੀਆਂ ਵੰਡੀਆਂ ਗਈਆਂ ਤਾਂ ਜੋ ਕੋਈ ਵਿਅਕਤੀ ਇਹੋ ਜਿਹੀ ਕੋਈ ਗੱਲ ਕਰੂਗਾ ਤਾਂ ਉਹਨੂੰ ਫੌਰਨ ਦਬੋਚਿਆ ਜਾਵੇਗਾ।